ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਪੰਜਾਬੀ ਚੈਨਲ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੱਚਿਆਂ ਦੇ ਟਿਫਨ ਦੇ ਲਈ ਬ੍ਰੈਡ ਤੋਂ ਇੱਕ ਸਨੈਕਸ ਬਣਾ ਕੇ ਤਿਆਰ ਕਰਾਂਗੇ। ਬਹੁਤ ਵਧੀਆ ਇਹ ਬਣ ਕੇ ਤਿਆਰ ਹੋਊਗਾ ਅਤੇ ਟਾਈਮ ਵੀ ਇਹਨੂੰ ਬਹੁਤ ਘੱਟ ਲੱਗੂਗਾ। ਇਹ ਤੁਸੀਂ ਟਿਫਨ ਦੇ ਲਈ ਬਣਾ ਸਕਦੇ ਹੋ, ਸਵੇਰ ਦੇ ਟਾਈਮ ਬ੍ਰੇਕਫਾਸਟ ਜਾਂ ਸ਼ਾਮ ਦੇ ਟਾਈਮ ਚਾਹ ਦੇ ਨਾਲ ਬਣਾ ਕੇ ਵੀ ਇਹਨੂੰ ਸਰਵ ਕਰ ਸਕਦੇ ਹੋ। ਬਹੁਤ ਜ਼ਿਆਦਾ ਸਵਾਦ ਬਣਦਾ ਹੈ। ਸ਼ੁਰੂ ਕਰਦੇ ਹਾਂ। ਹੁਣ ਲਿਆ ਆਪਾਂ ਇੱਕ ਡੋਂਗਾ, ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਬਰੀਕ ਵਾਲੀ ਸੂਜੀ। ਸੂਜੀ ਤੁਸੀਂ ਮੋਟੀ ਵੀ ਲੈ ਸਕਦੇ ਹੋ, ਬਰੀਕ ਵੀ ਲੈ ਸਕਦੇ ਹੋ। ਜੇ ਮੋਟੀ ਸੂਜੀ ਹੋਵੇ ਤਾਂ ਤੁਸੀਂ ਮਿਕਸੀ ਦੇ ਵਿੱਚ ਉਹਨੂੰ ਥੋੜ੍ਹਾ ਜਿਹਾ ਘੁਮਾ ਲੈਣਾ ਆ, ਉਸ ਤੋਂ ਬਾਅਦ ਉਹਦਾ ਇਸਤੇਮਾਲ ਕਰ ਸਕਦੇ ਹੋ। ਅੱਧੀ ਕੌਲੀ ਪਾ ਦਾਂਗੇ ਪਾਣੀ ਦੀ। ਚੰਗੀ ਤਰ੍ਹਾਂ ਅਸੀਂ ਇਹਨੂੰ ਮਿਲਾ ਦਾਂਗੇ। ਪਾਣੀ ਥੋੜ੍ਹਾ ਜਿਹਾ ਘੱਟ ਆ, ਦੋ ਤਿੰਨ ਚਮਚੇ ਪਾਣੀ ਦੇ ਹੋਰ ਪਾ ਲਾਂਗੇ। ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ 10 ਮਿੰਟ ਵਾਸਤੇ ਇਹਨੂੰ ਅਸੀਂ ਢੱਕ ਕੇ ਰੱਖ ਦੇਣਾ ਹੈ। 10 ਮਿੰਟ ਹੋ ਗਏ ਆ, ਸੂਜੀ ਜਿਹੜੀ ਆ ਫੁੱਲ ਕੇ ਤਿਆਰ ਆ। ਹੁਣ ਆਪਾਂ ਬਾਕੀ ਦੀਆਂ ਚੀਜ਼ਾਂ ਇਹਦੇ ਵਿੱਚ ਪਾ ਦੇਣੀਆਂ ਆ। ਇੱਕ ਲਈ ਸ਼ਿਮਲਾ ਮਿਰਚ ਬਰੀਕ ਕੱਟ ਲਈ, ਬੀਏ ਦੇ ਜਿਹੜੇ ਆਪਾਂ ਸਾਰੇ ਕੱਟ ਦਿੱਤੇ। ਇੱਕ ਛੋਟੇ ਸਾਈਜ਼ ਦਾ ਪਿਆਜ਼ ਆ, ਇਹਨੂੰ ਵੀ ਆਪਾਂ ਇੱਕਦਮ ਬਰੀਕ ਕੱਟਿਆ ਆ। ਅੱਧੀ ਗਾਜਰ ਲੈ ਕੇ ਕੱਦੂਕਸ ਕੀਤਾ। ਅੱਧੀ ਕੌਲੀ ਲਈ ਆ ਬੇਸਣ ਦੀ, ਦੋ ਹਰੀਆਂ ਮਿਰਚਾਂ, ਦੋ ਚਮਚੇ ਹਰਾ ਧਨੀਆ, ਅੱਧਾ ਚਮਚਾ ਲਿਆ ਆ ਲਸਣ। ਲਸਣ ਜਿਹੜਾ ਆ ਇੱਕਦਮ ਬਰੀਕ ਕੁੱਟ ਕੇ ਫਿਰ ਲਿਆ ਆ। ਹੁਣ ਇਹਦੇ ਵਿੱਚ ਅਸੀਂ ਮਸਾਲੇ ਪਾ ਦਾਂਗੇ। ਮਸਾਲੇ ਦੇਖੋ ਜਿਹੜੇ ਆਪਾਂ ਬੱਚਿਆਂ ਲਈ ਬਣਾਉਣ ਲੱਗੇ ਹਾਂ, ਬਹੁਤ ਜ਼ਿਆਦਾ ਪਾਉਣ ਦੀ ਜ਼ਰੂਰਤ ਨਹੀਂ ਆ। ਅੱਧਾ ਚਮਚਾ ਪਾ ਦਾਂਗੇ ਲੂਣ ਦਾ, ਤੁਸੀਂ ਸਵਾਦ ਦੇ ਹਿਸਾਬ ਨਾਲ ਲੂਣ ਪਾਉਣਾ ਆ। ਚੌਥਾ ਹਿੱਸਾ ਚਮਚੇ ਦਾ ਲਾਲ ਮਿਰਚ ਦਾ ਪਾਊਡਰ, ਚੌਥਾ ਹਿੱਸਾ ਚਮਚਾ ਹਲਦੀ ਪਾਊਡਰ, ਅੱਧਾ ਚਮਚਾ ਚਾਟ ਮਸਾਲਾ। ਇੱਕ ਕੌਲੀ ਆਪਾਂ ਪਾਣੀ ਲਿਆ ਆ, ਥੋੜ੍ਹਾ ਜਿਹਾ ਅੱਧੀ ਕੌਲੀ ਆਪਾਂ ਪਾਣੀ ਦੀ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਆ। ਪਾਣੀ ਜਿਹੜਾ ਆ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲੈਣਾ ਆ, ਜਿੰਨੀ ਸੂਜੀ ਲੈਣੀ ਆ ਉਹਦੇ ਹਿਸਾਬ ਨਾਲ ਫਿਰ ਪਾਣੀ ਲੱਗਣਾ ਆ। ਅਤੇ ਜਿਹੜਾ ਘੋਲ ਆ ਇਹਨੂੰ ਨਾ ਤਾਂ ਆਪਾਂ ਬਹੁਤ ਜ਼ਿਆਦਾ ਪਤਲਾ ਕਰਨਾ ਅਤੇ ਨਾ ਇਹਨੂੰ ਅਸੀਂ ਬਹੁਤ ਜ਼ਿਆਦਾ ਸਖਤ ਰੱਖਣਾ ਆ। ਦੋ ਤਿੰਨ ਚਮਚੇ ਪਾਣੀ ਦੇ ਹੋਰ ਪਾ ਦੇਣੇ ਆ। ਬਸ ਇਸ ਤਰੀਕੇ ਦਾ ਘੋਲ ਸਾਨੂੰ ਚਾਹੀਦਾ। ਘੋਲ ਤਿਆਰ ਆ, ਹੁਣ ਆਪਾਂ ਬ੍ਰੈਡ ਦੇ ਪੀਸ ਕੱਟ ਲੈਣੇ। ਸੈਂਡਵਿਚ ਨੂੰ ਬਣਾਉਣ ਲਈ ਆਪਾਂ 5 ਬ੍ਰੈਡਾਂ ਲਈਆਂ ਆ। ਬ੍ਰੈਡ ਜਿਹੜੀ ਇਹ ਵਾਈਟ ਬ੍ਰੈਡ ਆ, ਤੁਸੀਂ ਬਰਾਊਨ ਬ੍ਰੈਡ ਲੈਣੀ ਚਾਹੋ ਤਾਂ ਬਰਾਊਨ ਬ੍ਰੈਡ ਵੀ ਲੈ ਸਕਦੇ ਹੋ। ਇਸ ਬ੍ਰੈਡ ਨੂੰ ਅਸੀਂ ਵਿੱਚੋਂ ਦੀ ਕੱਟ ਲੈਣਾ ਆ। ਇਸ ਤਰੀਕੇ ਦੇ ਨਾਲ ਬ੍ਰੈਡਾਂ ਨੂੰ ਸਾਰੀਆਂ ਨੂੰ ਆਪਾਂ ਵਿੱਚੋਂ ਦੀ ਕੱਟ ਲਿਆ। ਹੁਣ ਆਪਾਂ ਇਹਦੇ ਸਨੈਕਸ ਬਣਾ ਕੇ ਤਿਆਰ ਕਰਦੇ ਹਾਂ। ਫਰਾਈ ਪੈਨ ਦੇ ਵਿੱਚ ਬਣਾਵਾਂਗੇ ਸੈਂਡਵਿਚ। ਇਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ। ਇਹਨੂੰ ਅਸੀਂ ਤਲਣਾ ਨਹੀਂ, ਇਹਨਾਂ ਨੂੰ ਆਪਾਂ ਸ਼ੈਲੋ ਫਰਾਈ ਕਰਨਾ ਆ। ਚਾਹੇ ਤਾਂ ਤੁਸੀਂ ਥੋੜ੍ਹਾ ਥੋੜ੍ਹਾ ਤੇਲ ਲਾ ਕੇ
तवे के उत्ते तावी नूं बना सकदे हो जां इहदा फ्राई पैन दे विच वी बना के तैयार कर सकदे हो। थोड़ा जिहा तेल आपां पा दित्ता, इहनूं असीं मीडियम गर्म कर लेना है। उस तो बाद जो सानूं लगेगा कि तेल होर चाहिए है फिर आपां होर लेना। घोल नूं असीं एक बारी चंगे तरीके दे नाल मिला लेना है। मिलाण तो बाद एक पीस लवांगे ब्रैड का, ये उपर असी एक घोल ला लेना। घोल जिहड़ा आ पूरे ब्रैड के उत्ते लगना चाहिए, किनारियां दे उत्ते भी चंगे तरीके दे नाल लाना है। आ देखो जिहड़ी साइड ते आपां घोल लाया आ उह साइड नूं असी इहदा थल्ले रख देना है। दूसरी साइड के उपर भी चमचे दे नाल घोल पूरा तरह फैला लेना है। दूसरी ब्रैड लवांगे उहनूं भी असीं रख दांगे चमचे दे नाल, असीं इदां घोले दे उत्ते मिला दांगे। सेक ज़्यादा तेज़ नहीं रखना, मीडियम रखना है। जिहड़ी ब्रैड आपां पहलां पाई सी उहनूं असीं थोड़ा जिहा आराम दे नाल पलटा लेना है। चमचे दे नाल थोड़ा जिहा तेल उपर पा देंगे ताकि उपरला जिहड़ा बेसन ते सूजी आ उहनूं भी सेक पै जावे। टोस्ट दोनों साइडां तों सेक के तैयार आ, इहनूं असीं चिमटे दे नाल फड़ के थोड़ा जिहा इदां कर लांगे। एक पीस लै लिया आपां, इहनूं असीं रख दिंदे। जदों भी घोले दे उपर पाउणा आ इक वारी हिला के फिर पाउणा आ। एक साइड तो ये सिक गए आ, इन्हां नूं असीं दूसरी साइड पलटा देना। पोस्ट दोनों साइडां तो सिक के तैयार आ, इन्हां नूं असीं प्लेट दे विच कट लेना आ। जिहड़े बाकी दे रह गए आ उह वी आपां इसे तरीके दे नाल बना के तैयार कर लैणे। ब्रैड दे स्नैक्स तैयार आ बण के, स्नैक्स बहुत वधिया बण के तैयार होए आ। ਤੁਸੀਂ ਇਹਨਾਂ ਸਨੈਕਸ ਨੂੰ ਚਟਨੀ ਦੇ ਨਾਲ ਜਾਂ ਚਾਹ ਦੇ ਨਾਲ ਬਣਾ ਕੇ ਸਰਵ ਕਰ ਸਕਦੇ ਹੋ। ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਬਣਾ ਕੇ ਖਾਇਓ। ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ 'ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।